ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਇਲੈਕਸ਼ਨਸ ਨੂੰ ਲੈ ਕੇ ਤਿਆਰੀਆਂ ਪੂਰੀ ਕੀਤੀ ਜਾ ਚੁੱਕੀ ਹੈ। ਚੰਡੀਗੜ੍ਹ ਪੁਲਿਸ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਮੀਟਿੰਗਸ ਦਾ ਦੌਰ ਵੀ ਚੱਲਿਆ ਤੇ ਹੁਣ ਕਿਸੇ ਵੀ ਤਰ੍ਹਾਂ ਕੋਈ ਲਾਅ ਐਂਡ ਆਰਡਰ ਖਰਾਬ ਨਹੀਂ ਹੋਣ ਦਿੱਤਾ ਜਾਏਗਾ, ਜਿਸ ਕਰਕੇ ਪੁਲਿਸ ਨੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ। ਜਿਹੜੀ ਬਿਲਡਿੰਗ ਹੈ ਉਹਦੇ ਨੇੜੇ ਤੇੜੇ ਪੁਲਿਸ ਫੋਰਸ ਹੋਏਗੀ। ਸਾਡੇ ਨਾਲ SSP ਚੰਡੀਗੜ੍ਹ ਨੇ ਕਮਲਦੀਪ ਕੌਰ ਜੀ। ਮੈਮ, ਕੱਲ ਇਲੈਕਸ਼ਨ ਹੋਣ ਵਾਲੇ ਆ, ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ? ਕਿਉਂਕਿ ਪਿਛਲੀ ਵਾਰੀ ਅਸੀਂ ਵੇਖਿਆ ਕਾਫੀ ਲਾਅ ਐਂਡ ਆਰਡਰ ਨੂੰ ਇੰਤਜ਼ਾਮ ਵੀ ਕੀਤੇ ਹੋਏ ਸੀ, ਲੇਕਿਨ ਕਈ ਐਪੀਸੋਡ ਬਣਿਆ, ਇਸ ਵਾਰੀ ਕਿਸ ਤਰ੍ਹਾਂ ਦੇ ਇੰਤਜ਼ਾਮ? ਪਿਛਲੀ ਵਾਰ ਜਿਵੇਂ ਅਸੀਂ ਦੇਖਿਆ, ਸਾਡੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸੀ ਸਿਕਿਉਰਿਟੀ ਦੇ। ਕੁਝ ਪ੍ਰੋਟੈਸਟਰਸ ਤੇ ਸਪੋਰਟਰਸ ਜ਼ਰੂਰ ਇਕੱਠੇ ਹੋ ਗਏ ਸੀ ਮੌਕੇ ਤੇ, ਜਿਨ੍ਹਾਂ ਨੂੰ ਅਸੀਂ ਮੌਕੇ ਤੇ ਸੰਭਾਲਦੇ ਹੋਏ ਕੁਝ ਨੂੰ ਡਿਟੇਨ ਕੀਤਾ ਸੀ ਤੇ ਉਥੋਂ ਡਿਸਪਰਸ ਕਰਾਇਆ ਸੀ। ਤੇ ਹੁਣ ਸਾਨੂੰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਕਲੀਅਰ ਤੇ ਸਖ਼ਤ ਹਦਾਇਤਾਂ ਨੇ ਕਿ ਉਥੇ ਲਾਅ ਐਂਡ ਆਰਡਰ ਨੂੰ ਬਹਾਲ ਕੀਤਾ ਜਾਏਗਾ, ਸਪੋਰਟਰਸ ਨੂੰ ਉਥੇ ਇਕੱਠੇ ਨਹੀਂ ਹੋਣ ਦਿੱਤਾ ਜਾਵੇਗਾ। ਅਲੱਗ ਅਲੱਗ ਪਾਰਟੀ ਨੂੰ ਵੀ ਹਦਾਇਤ ਕੀਤੀ ਗਈ ਹੈ ਮਾਣਯੋਗ ਹਾਈਕੋਰਟ ਵੱਲੋਂ, ਤੇ ਸਾਡੇ ਵੱਲੋਂ ਵੀ ਪੂਰੀ ਤੈਨਾਤੀ ਪੁਲਿਸ ਫੋਰਸ ਦੀ ਕੀਤੀ ਜਾਏਗੀ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਉਥੇ ਆਉਣ ਨਹੀਂ ਦਿੱਤੀ ਜਾਏਗੀ। ਇੰਟਰ ਹੋਣ ਵਾਸਤੇ ਕੋਈ ਪਾਸਿਸ ਵਗੈਰਾ ਜਿਹੜੇ ਬਣਾਏ ਗਏ ਨੇ, ਕਿਸ ਤਰ੍ਹਾਂ ਦਾ ਪ੍ਰੋਟੋਕਾਲ ਰਹਿਣਾ ਹੈ ਵੀਡੀਓਗ੍ਰਾਫੀ ਦੇ ਨਾਲ ਨਾਲ? ਮਾਣਯੋਗ ਹਾਈਕੋਰਟ ਨੇ ਇੱਕ ਤਾਂ ਡਾਇਰੈਕਸ਼ਨ ਦਿੱਤੀ ਹੈ ਵੀਡੀਓਗ੍ਰਾਫੀ ਪੂਰੇ ਇਲੈਕਸ਼ਨ ਪ੍ਰੋਸੀਡਿੰਗਸ ਦੀ, ਉਸ ਤੋਂ ਬਾਅਦ ਐਂਟਰੀ ਲਈ ਜੋ ਵੀ ਸਾਨੂੰ ਪ੍ਰਸ਼ਾਸਨ ਤੇ ਸੈਕਟਰੀ ਜਿਹੜੇ ਕੰਡਕਟ ਕਰਾ ਰਹੇ ਇਲੈਕਸ਼ਨ, ਉਹ ਜੋ ਵੀ ਡਾਇਰੈਕਸ਼ਨ ਦੇਣਗੇ, ਪੁਲਿਸ ਸਿਰਫ ਐਕਸੈਸ ਕੰਟਰੋਲ ਦਾ ਕੰਮ ਕਰੇਗੀ, ਬਟ ਜਿਹੜੇ ਪਾਸ ਇਸ਼ੂ ਕਰਨੇ ਆ ਜਾਂ ਐਂਟਰੀ ਹੈ ਉਹ ਸਾਰਾ ਪ੍ਰਸ਼ਾਸਨ ਦਾ ਕੰਮ ਹੈ। ਜਿਵੇਂ ਵੀ ਉਹ ਸਾਨੂੰ ਚਿੱਠੀ ਲਿਖਣਗੇ, ਹਦਾਇਤ ਕਰਨਗੇ, ਉਵੇਂ ਹੀ ਕਰਾਂਗੇ। ਮੈਮ, ਪੂਰੀ ਜੋ ਆਵਾਜਾਈ ਜਿੱਦਾਂ ਲਾਸਟ ਟਾਈਮ ਵੀ ਦੇਖਿਆ ਸੀਗਾ, ਉਹ ਬੰਦ ਇਸ ਵਾਰ ਵੀ ਕੀਤੀ ਜਾਣਗੀ ਤੇ ਕਿੰਨੇ ਪੁਲਿਸ ਫੋਰਸ ਡਿਪਲੋਏ ਕੀਤੀ? ਸਾਡੇ ਵੱਲੋਂ ਚੰਡੀਗੜ੍ਹ ਪੁਲਿਸ ਤੇ ਪੈਰਾਮਿਲਟਰੀ ਫੋਰਸ ਮਿਲਾ ਕੇ ਤਕਰੀਬਨ 700 ਤੋਂ 800 ਜਵਾਨ ਤੈਨਾਤ ਕੀਤਾ ਗਿਆ ਹੈ। 3 ਲੇਅਰ ਅਸੀਂ ਬੈਰੀਕੇਡਿੰਗ ਕਰਕੇ ਪੂਰੇ ਏਰੀਆ ਨੂੰ ਕੋਰਡਨ ਆਫ ਕਰਾਂਗੇ। MC ਦੇ ਸਾਹਮਣੇ ਵਾਲਾ ਤੇ ਪਿੱਛੇ ਵਾਲਾ ਏਰੀਆ ਸਾਰਾ ਸਿਕਿਉਰ ਕੀਤਾ ਜਾਏਗਾ ਤਾਂ ਕਿ ਕੋਈ ਵੀ ਰਸ਼ ਜਾਂ ਰਕਸ ਉਹਦੇ ਆਲੇ ਦੁਆਲੇ ਨਾ ਹੋ ਸਕੇ, ਤੇ ਪੂਰੀ ਫੋਰਸ ਉਥੇ ਸਵੇਰ ਤੋਂ ਹੀ ਤੈਨਾਤ ਰਹੇਗੀ ਤਾਂ ਕਿ ਟਾਈਮਲੀ ਅਸੀਂ ਆਪਣਾ ਸਾਰਾ ਕੰਟਰੋਲ ਕਰੀਏ। ਕਿਸੇ ਤਰ੍ਹਾਂ ਦਾ ਲਾਅ ਐਂਡ ਆਰਡਰ ਖਰਾਬ ਨਾ ਹੋਵੇ, ਜੇ ਬਾਈ ਚਾਂਸ ਕੋਈ ਸਪੋਰਟਰਸ ਵਗੈਰਾ ਆਉਂਦੇ ਤਾਂ ਸਖ਼ਤ ਕਾਰਵਾਈ ਕਰਨ ਦੀ? ਬਿਲਕੁਲ ਜੀ, 144 ਦੀ ਧਾਰਾ ਲਾਗੂ ਹੈ। ਕੋਈ ਵੀ ਸਪੋਰਟਰ ਇਕੱਠੇ ਹੋਣ ਦੀ ਕੋਸ਼ਿਸ਼ ਕਰਦੇ ਆ, 5 ਤੋਂ ਜ਼ਿਆਦਾ ਇਕੱਠੇ ਹੁੰਦੇ ਆ ਤਾਂ ਉਹਨਾਂ ਨੂੰ ਇਮੀਡੀਏਟਲੀ ਡਿਟੇਨ ਕੀਤਾ ਜਾਏਗਾ, ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਮੈਮ, ਲਾਸਟ ਟਾਈਮ ਵੀ ਦੇਖਿਆ ਸੀਗਾ ਕਿ ਕਈ ਐਲੀਗੇਸ਼ਨ ਵੀ ਲਾਉਂਦੇ ਨਜ਼ਰ ਆ ਰਹੇ ਸੀ, ਤੇ ਇਸ ਵਾਰੀ ਕਾਫੀ ਪਾਸਿਸ ਨੂੰ ਲੈ ਕੇ ਜਿੱਦਾਂ ਤੁਸੀਂ ਕਿਹਾ ਉਹ ਕਰਾਂਗੇ, ਤੁਹਾਡੀ ਮੀਟਿੰਗਸ ਵਗੈਰਾ ਵੀ ਹੋਈ ਹੈ? ਦੇਖੋ, ਜਿਹੜੇ ਕਾਉਂਸਲਰਸ ਆ ਜਿਨ੍ਹਾਂ ਨੇ ਵੋਟ ਕਰਨ ਆਉਣਾ, ਉਹਨਾਂ ਦੀ ਐਂਟਰੀ ਅਸੀਂ ਇਨਸ਼ੋਰ ਕਰਾਂਗੇ। ਅਸੀਂ ਉਹਨਾਂ ਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰਾ ਰਹੇ ਹਾਂ, ਮਾਣਯੋਗ ਹਾਈਕੋਰਟ ਦੇ ਹੁਕਮ ਹੈ। ਉਹਨਾਂ ਦੀ ਫ੍ਰੀ ਤੇ ਸਿਕਿਉਰ ਐਂਟਰੀ ਤੇ ਐਗਜ਼ਿਟ ਉੱਥੇ ਹੋਵੇ, ਅੰਦਰ ਸੇਫਲੀ ਜਾਣ, ਬਾਹਰ ਵੀ ਸੇਫਲੀ ਰਹਿਣ ਅਸੀਂ ਇਨਸ਼ੋਰ ਕਰਾਂਗੇ। ਅੰਦਰ ਦਾ ਸਾਰਾ ਕੰਮ ਪ੍ਰਸ਼ਾਸਨ ਦਾ ਹੈ, ਅਸੈਂਬਲੀ ਹਾਲ ਦੇ ਅੰਦਰ ਦਾ, ਤੇ ਬਾਹਰ ਦਾ ਲਾਅ ਐਂਡ ਆਰਡਰ ਦਾ ਕੰਮ ਸਾਡਾ। ਤੇ ਬਿਲਕੁਲ, ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ, ਮੀਟਿੰਗਸ ਲਗਾਤਾਰ ਜਾਰੀ ਹੈ, ਤੇ ਨਾਲ ਦੇ ਨਾਲ 600-700 ਤੋਂ ਵੀ ਪਲੱਸ ਪੁਲਿਸ ਡਿਪਲੋਏ ਕੀਤੀ ਗਈ ਹੈ। 3 ਲੇਅਰਸ ਸਿਕਿਉਰਿਟੀ ਲਾਈ ਗਈ ਹੈ, ਉਹਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਕੋਈ ਲਾਅ ਐਂਡ ਆਰਡਰ ਖਰਾਬ ਕਰਦਾ ਉਹਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਕਿਉਂਕਿ ਖਾਸ ਕਰ ਕੋਈ ਸਪੋਰਟਰਸ ਬਾਹਰ ਤੋਂ ਆ ਕੇ ਹੁਣ ਹੰਗਾਮਾ ਕਰਦੇ ਆ, ਹੁੜਦੰਗ ਕਰਦੇ ਆ, ਤਾਂ ਉਹਨਾਂ ਦੇ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਏਗੀ। ਚੰਡੀਗੜ੍ਹ ਤੋਂ ਕੈਮਰਾਮੈਨ ਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।